ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਤਾਂ ਦੋਸਤੋ ਤੁਹਾਡੇ ਲਈ ਇੱਕ ਹੋਰ ਵਕੈਂਸੀ ਡਿਟੇਲ ਲੈ ਕੇ ਆਇਆ ਤੇ ਇਹ ਜਿਹੜੀ ਵਕੈਂਸੀ ਦੋਸਤੋ ਅਨਾਊਂਸ ਹੋਈ ਹੈ ਪੰਜਾਬ ਪੁਲਿਸ ਦੇ ਵਿੱਚ। ਜੀ ਹਾਂ ਦੋਸਤੋ, ਪੰਜਾਬ ਪੁਲਿਸ ਦੇ ਵਿੱਚ ਵਕੈਂਸੀ ਅਨਾਊਂਸ ਹੋਈ ਹੈ। ਵਕੈਂਸੀ ਬਾਰੇ ਗੱਲ ਕਰਾਂਗੇ, ਬਟ ਉਸ ਤੋਂ ਪਹਿਲਾਂ ਦੋਸਤੋ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਚੈਨਲ ਤੇ ਪੰਜਾਬ ਪੁਲਿਸ ਭਰਤੀ ਤੋਂ ਰਿਲੇਟਡ ਜੋ ਵੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਾਰੀ 100% ਸਹੀ ਹੁੰਦੀ ਹੈ। ਪਿਛਲੀ ਜਿਹੜੀ ਵੀਡੀਓ ਸੀ ਜਿਸ ਦੇ ਵਿੱਚ ਕ੍ਰਾਈਟੇਰੀਆ ਵਗੈਰਾ ਦੱਸਿਆ ਗਿਆ ਸੀ, ਉਹਦੇ ਵਿੱਚ ਕਈ ਕਮੈਂਟ ਕਰਕੇ ਦੱਸਦੇ ਆ ਕਿ ਫੇਕ ਹੈ, 2016 ਦੀ PDF ਹੈ। ਤਾਂ ਬਾਈ ਫੇਕ ਕੀ ਹੈ ਉਹਦੇ ਵਿੱਚ? ਮੈਂ ਕਿੱਥੇ ਉਹਦੇ ਵਿੱਚ ਕਿਹਾ ਸੀ ਕਿ 2019 ਦੀ ਵਕੈਂਸੀ ਅਨਾਊਂਸ ਹੋ ਗਈ ਜਾਂ ਥੰਬਨੇਲ ਤੇ ਲਿਖਿਆ ਸੀ? ਤੇ ਬਾਈ ਰੀਜ਼ਨ ਇਹ ਹੋਇਆ ਸੀ, ਜਿਨ੍ਹਾਂ ਨੂੰ ਵੀ ਗਲਤ ਫਹਿਮੀ ਹੋਈ, ਉਹ ਆਪਣੇ ਨਵੇਂ ਚੈਨਲ ਦੀ ਵੀਡੀਓ ਸੀ ਤੇ ਉਹਨੂੰ ਐਡਿਟ ਕਰਕੇ ਇਸ ਚੈਨਲ ਤੇ ਪਾਇਆ ਗਿਆ ਸੀ। ਇਸੇ ਕਰਕੇ ਉਹ ਜਿਹੜੀ ਵੀਡੀਓ ਸੀ ਅੱਧੀ ਅਧੂਰੀ ਸੀ। ਕਈ ਵਿਵਰਾਂ ਨੂੰ ਗਲਤ ਫਹਿਮੀ ਹੋ ਗਈ ਕਿ ਅਸੀਂ ਉੱਲੂ ਬਣਾ ਰਹੇ ਹਾਂ, ਜੋ ਵੀ ਹੋਏ। ਬਟ ਜੇ ਤੁਸੀਂ ਟਰੱਸਟ ਕਰਦੇ ਹੋ ਤਾਂ ਦੋਸਤੋ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ, ਨਹੀਂ ਟਰੱਸਟ ਕਰਦੇ ਕੋਈ ਗੱਲ ਨਹੀਂ ਦੋਸਤੋ, ਚੈਨਲ ਛੱਡ ਵੀ ਸਕਦੇ ਹੋ। ਬਟ ਜੋ ਵੀ ਕੈਂਡੀਡੇਟ ਪੰਜਾਬ ਪੁਲਿਸ ਭਰਤੀ ਤੋਂ ਰਿਲੇਟਡ ਲੇਟੈਸਟ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਚਾਹੁੰਦੇ ਆ, ਬਈ ਉਹ ਤਾਂ ਸਬਸਕ੍ਰਾਈਬ ਕਰਨਾ ਚੈਨਲ ਨੂੰ ਬਿਲਕੁਲ ਨਾ ਭੁੱਲਿਓ, ਫਿਰ ਕਿਤੇ ਤੁਸੀਂ ਲੇਟ ਹੋ ਜਾਓਗੇ, ਕਹਿੰਦੇ ਫਿਰੋਗੇ ਸਾਨੂੰ ਤਾਂ ਇਨਫੋਰਮੇਸ਼ਨ ਹੀ ਨਹੀਂ ਮਿਲੀ। ਚਲੋ ਫਿਰ ਦੋਸਤੋ, ਅੱਜ ਦੀ ਜਿਹੜੀ ਵਕੈਂਸੀ ਅਨਾਊਂਸ ਹੋਈ ਹੈ ਉਸ ਦੀ ਡਿਟੇਲ ਆਪਾਂ ਚੈੱਕ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਦੋਸਤੋ, ਇੱਥੇ ਰਿਕਰੂਟਮੈਂਟ ਅਨਾਊਂਸ ਹੋ ਚੁੱਕੀ ਹੈ ਤੇ ਉਸ ਦਾ ਨੋਟੀਫਿਕੇਸ਼ਨ ਡਾਊਨਲੋਡ ਕਰਨ ਦੇ ਲਈ ਤੁਸੀਂ ਜਿਹੜਾ ਹੈ ਇੱਥੇ ਜਿਹੜਾ ਰਿਕਰੂਟਮੈਂਟ ਲਿਖਿਆ ਹੋਇਆ ਹੈ ਇਹਦੇ ਉੱਤੇ ਕਲਿੱਕ ਕਰਨਾ ਹੈ। ਨਾਲੇ ਦੋਸਤੋ ਇਹ ਜਿਹੜਾ ਫੋਰਮ ਹੈ ਤੁਸੀਂ ਦੇਖ ਸਕਦੇ ਹੋ, ਆਫਲਾਈਨ ਫੋਰਮ ਹੈ ਤੇ ਇਹਦੇ ਨਾਲ ਤੁਹਾਨੂੰ ਪਰਫੋਰਮਾ ਵੀ ਮਿਲੇਗਾ, ਤੁਸੀਂ ਪਰਫੋਰਮਾ ਫਿਲ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਿਹੜੀ ਰਿਕਰੂਟਮੈਂਟ ਦੀ PDF ਹੈ ਇਹਨੂੰ ਡਾਊਨਲੋਡ ਕਰ ਲੈਂਦੇ ਹਾਂ, ਠੀਕ ਹੈ। ਥੋੜ੍ਹਾ ਜਿਹਾ ਟਾਈਮ ਲੱਗੇਗਾ ਦੋਸਤੋ ਇੱਥੇ ਡਾਊਨਲੋਡ ਹੋਣ ਦੇ ਵਿੱਚ। ਤਾਂ ਦੋਸਤੋ ਇੱਥੇ ਦੇਖ ਸਕਦੇ ਹੋ ਨੋਟੀਫਿਕੇਸ਼ਨ ਜਿਹੜਾ ਡਾਊਨਲੋਡ ਹੋ ਚੁੱਕਿਆ ਤੇ ਇੱਥੇ ਜਿਹੜੀ ਐਪਲੀਕੇਸ਼ਨ ਇਨਵਾਈਟ ਕੀਤੀ ਗਈ ਹੈ ਜੀ ਉਹ ਕੀਤੀ ਗਈ ਹੈ ਦੋਸਤੋ ਸੈਂਟਰਲ ਆਰਮਡ ਪੁਲਿਸ ਫੋਰਸ ਦੀ, ਠੀਕ ਹੈ ਜੀ। ਇੱਥੇ ਜਿਹੜੀ ਹੈ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਜਾਏਗੀ ਪੁਲਿਸ ਦੀ, ਤੇ ਇਹਦੇ ਬਾਰੇ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਦੋਸਤੋ। ਪਹਿਲਾਂ ਵੇਖ ਲੈਂਦੇ ਇਹਨਾਂ ਨੇ ਕਿਹੜੀ ਕਿਹੜੀ ਵਕੈਂਸੀ ਇੱਥੇ ਅਨਾਊਂਸ ਕੀਤੀ ਹੈ। ਤੇ ਵਕੈਂਸੀ ਦੋਸਤੋ ਅਨਾਊਂਸ ਕੀਤੀ ਹੈ ਇੱਥੇ ਕਲੋਜ਼ ਪ੍ਰੋਟੈਕਸ਼ਨ ਆਫੀਸਰਸ ਦੀ, ਟੈਕਨੀਕਲ ਆਫੀਸਰਸ ਦੀ, ਟ੍ਰੇਨਰ ਦੀ, ਡਰਾਈਵਰ ਦੀ, ਵਾਇਰਲੈਸ ਆਪਰੇਟਰ ਜਿਹੜਾ ਹੁੰਦਾ ਉਹਨਾਂ ਦੀ ਅਨਾਊਂਸ ਹੋਈ ਹੈ, ਬਾਕੀ ਡੋਗ ਵਗੈਰਾ ਵਾਲੇ ਦੀ ਵੀ ਅਨਾਊਂਸ ਹੋਈ ਹੈ। ਸਾਰਿਆਂ ਦੀ ਪੋਸਟਾਂ ਦੋਸਤੋ ਇੱਥੇ ਅਨਾਊਂਸ ਹੋਈ ਹੈ। ਇਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਤੁਸੀਂ ਦੇਖ ਸਕਦੇ ਹੋ, 50 ਸਾਲਾਂ ਦਾ ਐਕਸਪੀਰੀਅੰਸ ਇਹ ਮੰਗਦੇ ਹੈ। ਏਜ ਹੱਦ ਦੀ ਗੱਲ ਕਰੀਏ ਆਪਾਂ ਤਾਂ 40 ਸਾਲ ਉਮਰ ਇਹਨਾਂ ਨੇ ਮੈਕਸੀਮਮ ਮੰਗੀ ਹੈ, ਤੇ 5 ਸਾਲ ਦੀ ਛੂਟ ਜਿਹੜੀ ਹੈ ਉਹ ਟੈਕਨੀਕਲ ਟ੍ਰੇਨਿੰਗ ਵਾਲੇ ਆਫੀਸਰ ਨੂੰ ਮਿਲੀ ਜਿਹੜੀ ਹੈ ਦਿੱਤੀ ਜਾਵੇਗੀ। 5 ਸਾਲ ਦੀ ਛੂਟ ਜਿਹੜੀ ਹੈ ਦੋਸਤੋ ਉਹ ਟੈਕਨੀਕਲ ਸਟਾਫ ਨੂੰ ਦਿੱਤੀ ਜਾਵੇਗੀ, ਠੀਕ ਹੈ ਜੀ। ਡੋਗ ਵਾਲਿਆਂ ਨੂੰ ਵੀ ਮਿਲੇਗੀ ਸਾਰੀ, ਤੁਸੀਂ ਦੇਖ ਲਿਓ ਆਰਾਮ ਨਾਲ ਸਕਰੀਨਸ਼ਾਟ ਲੈ ਕੇ। ਤੇ ਦੋਸਤੋ ਇੱਥੇ ਫਿਟਨੈਸ ਦਾ ਜਿਹੜਾ ਲੈਵਲ ਰੱਖਿਆ ਗਿਆ ਬਹੁਤ ਹਾਈ ਰੱਖਿਆ ਗਿਆ। ਤੇ ਦੋਸਤੋ ਜਿੰਨੇ ਵੀ ਕੈਂਡੀਡੇਟ ਹੋਣਗੇ ਸਾਰਿਆਂ ਨੂੰ ਇੱਥੇ ਆਫਲਾਈਨ ਹੀ ਫੋਰਮ ਅਪਲਾਈ ਕਰਨਾ ਹੈ। ਤੁਸੀਂ ਸੈਲਰੀ ਬੇਸ ਜਿਹੜਾ ਹੈ ਬੈਚ ਇਹਨਾਂ ਦੇਖ ਸਕਦੇ ਹੋ, ਇੰਸਪੈਕਟਰ ਦੀ ਸੈਲਰੀ ਦੇਖ ਸਕਦੇ ਹੋ ਦੋਸਤੋ, ਸਬ ਇੰਸਪੈਕਟਰ ਦੀ, ASI ਦੀ, ਸਾਰਿਆਂ ਦੀ ਸੈਲਰੀ ਇੱਥੇ ਦਿੱਤੀ ਹੋਈ ਹੈ, ਇਹ ਇਹਨਾਂ ਦੀ ਸੈਲਰੀ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਕਾਫੀ ਸਾਰੇ ਇਹਨਾਂ ਨੇ ਇੰਸਟਰਕਸ਼ਨ ਦਿੱਤੇ ਹੋਏ, ਤੁਸੀਂ ਆਰਾਮ ਨਾਲ ਸਕਰੀਨਸ਼ਾਟ ਲੈ ਕੇ ਰੀਡ ਕਰ ਲਿਓ। ਤੇ ਡਿਊਟੀ ਪਲੇਸ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰੇ ਕਿਤੇ ਵੀ ਤੁਹਾਨੂੰ ਜਿਹੜਾ ਹੈ ਡਿਊਟੀ ਦੇਣੀ ਪੈ ਸਕਦੀ ਹੈ। ਤੇ ਇਸ ਵਕੈਂਸੀ ਦੇ ਲਈ ਤੁਹਾਡਾ ਇੰਡੀਅਨ ਹੋਣਾ ਬਹੁਤ ਜ਼ਰੂਰੀ ਹੈ। ਸਿਲੈਕਸ਼ਨ ਪ੍ਰੋਸੈਸ ਦੀ ਦੋਸਤੋ ਗੱਲ ਕਰੀਏ ਤਾਂ ਜਿਹੜੇ ਹੈ ਇੰਟਰਵਿਊ ਬੇਸ ਤੁਹਾਡਾ ਸਿਲੈਕਸ਼ਨ ਹੋਵੇਗਾ, ਨਾਲੇ ਇਹਨਾਂ ਦੇ ਜਿਹੜੇ ਕ੍ਰਾਈਟੇਰੀਆ ਹੈ ਜੇ ਤੁਸੀਂ ਉਹ ਕਲੀਅਰ ਕਰ ਦਿਓ ਤਾਂ ਤੁਹਾਡਾ ਸਿਲੈਕਸ਼ਨ ਹੋ ਜਾਏਗਾ। ਇਹਦੇ ਬਾਅਦ ਦੋਸਤੋ ਆਉਂਦੀ ਹੈ ਗੱਲ ਫੋਰਮ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ, ਤਾਂ ਤੁਸੀਂ ਆਫਲਾਈਨ ਫੋਰਮ ਅਪਲਾਈ ਕਰਨਾ ਹੈ। ਪਰਫੋਰਮਾ ਤੁਹਾਨੂੰ ਜਿਹੜਾ ਹੈ ਇਹਨਾਂ ਦੀ ਓਫੀਸ਼ੀਅਲ ਵੈਬਸਾਈਟ ਤੇ ਮਿਲ ਜਾਏਗਾ, ਤੇ ਤੁਸੀਂ ਜਿਹੜਾ ਹੈ ਇਹ ਫੋਰਮ 23 ਸਪਟੰਬਰ 2019 ਸ਼ਾਮੀ 5 ਵਜੇ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਆਫਿਸ ਤੱਕ ਪਹੁੰਚਾ ਦੇਣਾ ਹੈ। ਤੇ ਦੋਸਤੋ ਇਹਨਾਂ ਦਾ ਜਿਹੜਾ ਆਫਿਸ ਹੈ ਉਹ ਤੁਸੀਂ ਇੱਥੋਂ ਰੀਡ ਕਰ ਸਕਦੇ ਹੋ, ਇੰਸਪੈਕਟਰ ਜਨਰਲ ਆਫ ਪੁਲਿਸ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ, ਰੂਮ ਨੰਬਰ ਵਗੈਰਾ ਸਾਰਾ ਕੁਝ ਦਿੱਤਾ ਹੋਇਆ। ਤੁਸੀਂ ਇੱਥੋਂ ਤੱਕ ਜਿਹੜਾ ਹੈ ਉਹ ਲਿਖ ਦੇਣਾ, ਚੰਡੀਗੜ੍ਹ ਤੇ ਅੱਗੇ ਪਿੰਨ ਕੋਡ ਲਿਖੇ ਹੋਏ ਇੱਥੋਂ ਤੱਕ ਦਾ ਤੁਸੀਂ ਐਡਰੈਸ ਲਿਖਣਾ ਹੈ ਤੇ ਇਹਨਾਂ ਨੂੰ ਸੈਂਡ ਕਰ ਦੇਣਾ। ਤਾਂ ਦੋਸਤੋ ਇਹ ਸੀ ਅੱਜ ਦੀ ਇਨਫੋਰਮੇਸ਼ਨ, ਪਰਫੋਰਮਾ ਤੁਸੀਂ ਦੇਖ ਸਕਦੇ ਹੋ, ਮਾਫੀ ਚਾਹਾਂਗੇ ਜੀ, ਇਹ ਹੈ ਤੁਹਾਡਾ ਪਰਫੋਰਮਾ, ਇੱਥੇ ਤੁਸੀਂ ਪਰਫੋਰਮਾ ਦੇਖ ਸਕਦੇ ਹੋ, ਠੀਕ ਹੈ ਜੀ। ਤਾਂ ਇਹ ਸੀ ਦੋਸਤੋ ਅੱਜ ਦੀ ਇਨਫੋਰਮੇਸ਼ਨ। ਤੇ ਇੱਕ ਗੱਲ ਤੁਸੀਂ ਹਮੇਸ਼ਾ ਮਾਈਂਡ ਦੇ ਵਿੱਚ ਰੱਖਿਓ, ਕਦੇ ਵੀ ਇਸ ਚੈਨਲ ਤੇ ਗਲਤ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ। ਬਾਕੀ ਤੁਹਾਡੀ ਮਰਜ਼ੀ ਹੈ ਦੋਸਤੋ, ਜਿੱਥੇ ਤੁਸੀਂ ਜਾਣਾ ਹੈ ਜਾ ਸਕਦੇ ਹੋ, ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਦੂਜੇ ਚੈਨਲਾਂ ਤੇ ਵਿਜ਼ਿਟ ਨਾ ਕਰੋ, ਆਰਾਮ ਨਾਲ ਵਿਜ਼ਿਟ ਕਰ ਸਕਦੇ ਹੋ, ਬਟ ਜਿੱਥੇ ਵੀ ਤੁਸੀਂ ਵਿਜ਼ਿਟ ਕਰੋ ਭਰੋਸਾ ਦਿਲ 'ਚ ਰੱਖਿਆ ਕਰੋ, ਠੀਕ ਹੈ ਜੀ। ਇਹ ਸੀ ਅੱਜ ਦੀ ਇਨਫੋਰਮੇਸ਼ਨ, ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।